ਸੱਜਣ ਕੀ ਨਾਂ ਹੈ ਤੁਹਾਡਾ ਜੀ ਹਾਜੀ ਕੈਸਰ ਹਾਜੀ ਕੈਸਰ ਸਾਹਿਬ ਕਿੰਨੀ ਦੇਰ ਹੋ ਗਈ ਤੁਹਾਨੂੰ ਜਾਨਵਰ ਰੱਖਦੇ ਆ ਸਰ ਮੈਨੂੰ ਤਕਰੀਬਨ 4 ਤੋਂ 6 ਮਹੀਨੇ ਹੋਏ ਚਾਰ ਤੋਂ ਛੇ ਮਹੀਨੇ ਦਾ ਮਤਲਬ ਬਿਲਕੁਲ ਨਵਾਂ ਤੁਸੀਂ ਡੇਰੀ ਫਾਰਮ ਪਾਇਆ ਜੀ ਬਿਲਕੁਲ ਪਹਿਲੇ ਕੀ ਕਰਦੇ ਸੋ ਪਹਿਲੇ ਜਨਾਬ ਸੌਦੀਆ ਸੌਦੀਆ ਤੂੰ ਕਿਉਂ ਵਾਪਸ ਆਏ ਔਰ ਆ ਕੇ ਡੇਰੀ ਫਾਰਮ ਕਿਉਂ ਖੋਲਿਆ ਸਰ ਉੱਥੇ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਜਿਹਦੀ ਵਜ੍ਹਾ ਨਾਲ ਮੈਂ ਇਸ ਚੀਜ਼ ਨੂੰ ਤਰਜੀਹ ਦਿੱਤੀ ਕਿ ਚਲੋ ਜਿਹੜਾ ਨਾ ਬੱਚਿਆਂ ਦਾ ਰਿਜ਼ਕ ਜਿਹੜਾ ਨਾ ਆਪਣੇ ਮੁਲਕ 'ਚ ਰਹਿ ਕੇ ਕਮਾਇਆ ਜਾਏ ਇਹਦਾ ਮਤਲਬ ਇਹ ਕਿ ਤੁਹਾਨੂੰ ਵਤਨ ਜਿਹੜਾ ਵੀ ਖਿੱਚ ਕੇ ਲਾਇਆ ਵਾਪਸ ਜੀ ਬਿਲਕੁਲ ਇੰਝ ਹੀ ਗੱਲ ਹੈ ਹੁਣ ਡੇਰੀ ਫਾਰਮ ਜਾਂ ਮੱਝਾਂ ਰੱਖਣ ਤੋਂ ਪਹਿਲੇ ਤੁਸੀਂ ਕੋਈ ਰਿਸਰਚ ਕੀਤੀ ਸਰ ਰਿਸਰਚ ਕਰਕੇ ਅਤੇ ਫਿਰ ਹੀ ਇਹ ਕੰਮ ਸ਼ੁਰੂ ਕੀਤਾ ਜੀ ਜ਼ਿੰਦਾਬਾਦ ਜੀ ਯਾਨੀ ਤੁਸੀਂ ਪਹਿਲੇ ਦੀ ਮੁਕੰਮਲ ਜਾਣਕਾਰੀ ਹਾਸਲ ਕੀਤੀ ਹੈ ਫਿਰ ਇਸ ਕੰਮ ਨੂੰ ਸ਼ੁਰੂ ਕੀਤਾ ਜੀ ਸਰ 4-5 ਮਹੀਨੇ 'ਚ ਤੁਸੀਂ ਹਾਲੇ ਤੱਕ ਕੀ ਕੁਛ ਤੁਹਾਡੀ ਪ੍ਰੋਗਰੈਸ ਹੈ ਸਰ ਹਜੇ ਤੱਕ ਤਾਂ ਕੋਈ ਪ੍ਰੋਗਰੈਸ ਨਹੀਂ ਹੈ ਕੋਈ ਡੰਗਰ ਖਾਂਗੜੇ ਨੇ ਕੁਝ 2-4 ਸੂਏ ਨੇ ਤਾਜ਼ੇ ਵਿੱਚ ਕੁਝ 2-3 ਝੋਟੀਆਂ ਸੂਣ ਵਾਲੀਆਂ ਨੇ ਅਤੇ ਇਹ ਵੇਖੋ ਕੁਝ ਵਾਲਾ ਨਾ ਕੋਈ 20 ਤੋਂ 30 ਕਿਲੋ ਦੁੱਧ ਚਲਾ ਜਾਂਦਾ ਸੇਲ ਕਰ ਛੱਡਨੇ ਅਸੀਂ ਅਤੇ ਬਾਕੀ ਜਿਹੜਾ ਕੋਈ 10 ਕੁ ਕਿਲੋ ਘਰ ਤੁਰ ਜਾਂਦਾ ਅਤੇ ਇਹ ਵੇਖ ਕੇ ਅਲਹਮਦੁਲਿਲਾ ਸੋਹਣਾ ਗੁਜ਼ਰਗੁਜ਼ਾਰਾ ਹੋ ਰਿਹਾ ਸ਼ੁਕਰ ਅਲਹਮਦੁਲਿਲਾ ਅੱਛਾ ਸਰ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਮਾਸ਼ਾਅੱਲਾ ਸਰਚ ਕੀਤੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਜੀ ਅਤੇ ਤੁਸੀਂ ਸਰਚ ਦੇ ਵਿੱਚ ਕੀ ਹਾਸਲ ਕੀਤਾ ਕੀ ਤੁਹਾਡੀ ਫਾਈਨਿੰਗਸ ਨੇ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਮਜ਼ੀਦ ਅਗਰ ਕੋਈ ਦੋਸਤ ਇਸ ਕੰਮ 'ਚ ਆਉਣਾ ਚਾਹੇ ਤਾਂ ਤੁਹਾਡੀ ਤਹਕੀਕਾਤ ਤੋਂ ਫਾਇਦਾ ਉਠਾ ਸਕੇ ਕਿ ਕਿਸ ਸਕੀਮ ਨਾਲ ਇਹ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਸਰ ਇਹ ਸਕੀਮ ਅਗਰ ਤਾਂ ਜ਼ਮੀਨ ਆਪਣੀ ਹੋਏ ਅਤੇ ਕੋਈ ਬੰਦਾ ਉਕਾੜਾ ਸਾਈਡ 'ਤੇ ਆਪਣਾ ਲੁੱਡਣ ਸਾਈਡ 'ਤੇ ਚਲਾ ਜਾਏ ਉੱਥੋਂ ਕੋਈ ਝੋਟੀਆਂ ਵਗੈਰਾ ਲਿਆਏ ਉਹਨਾਂ ਦੇ ਵਿੱਚ ਕੋਈ 2-3 ਝੋਟੇ ਛੱਡੇ ਉਹ ਝੋਟੀਆਂ ਗੱਬਣ ਹੋਣ ਉਹ ਘਰ ਦੀਆਂ ਮੱਝਾਂ ਬਣਨ ਫਿਰ ਹੀ ਫਾਇਦਾ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਤੁਹਾਡੀ ਫਾਈਨਿੰਗਸ ਇਹ ਨੇ ਆਪਣੀ ਜ਼ਮੀਨ ਹੋਏ ਜੀ ਡੇਰਾ ਬਣਾ ਕੇ ਝੋਟੀਆਂ ਲੁੱਡਣ ਵਾਲੀ ਸਾਈਡ ਤੋਂ ਲੈ ਕੇ ਬੰਦਾ ਏ ਵਿੱਚ ਝੋਟੇ ਛੱਡੇ ਉਹ ਝੋਟੀਆਂ ਮੱਝਾਂ ਬਣਨ ਤਾਂ ਫਿਰ ਫਾਇਦਾ ਜੀ ਬਿਲਕੁਲ ਬਿਲਕੁਲ ਡਾਇਰੈਕਟ ਤਾਜ਼ੀਆਂ ਮੱਝਾਂ ਲੈ ਕੇ ਕੰਮ ਸ਼ੁਰੂ ਕਰਨ 'ਚ ਇੰਨਾ ਫਾਇਦਾ ਨਹੀਂ ਉਹ ਨੁਕਸਾਨ ਹੈ ਜੀ ਨੁਕਸਾਨ ਉਹ ਕਿਸ ਤਰੀਕੇ ਨਾਲ ਨੁਕਸਾਨ ਸਰ ਉਹ ਨੁਕਸਾਨ ਇਸ ਤਰ੍ਹਾਂ ਹੈ ਕਿ ਅਗਰ ਫਰਜ਼ ਕਰੋ ਇੱਕ ਮਹੀ ਹੈ ਜੀ ਉਹ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਵਾਂ ਉਹ 2 ਤੋਂ 4 ਮਹੀਨੇ ਦੁੱਧ ਜ਼ਿਆਦਾ ਦੇਵੇਗੀ ਅੱਛਾ ਦੇਵੇਗੀ ਪੈਦਾਵਾਰ ਅੱਛੀ ਕੱਢੇਗੀ ਠੀਕ ਹੈ 2 ਤੋਂ 4 ਮਹੀਨੇ ਤੋਂ ਬਾਅਦ ਉਹ ਦੁੱਧ ਘਟਾਉਣਾ ਸ਼ੁਰੂ ਕਰ ਦੇਵੇਗੀ ਠੀਕ ਹੈ ਘਟਣਾ ਸ਼ੁਰੂ ਹੋ ਜਾਏਗਾ ਘਟਦਾ 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 ਸਾਰੀ ਗੱਲ ਹੈ ਉਹਨੇ ਨਵੇਂ ਦੁੱਧ ਵੀ ਹੋਣਾ ਜਦੋਂ ਨਵੇਂ ਦੁੱਧ ਹੋ ਗਈ ਉਹ ਸਮਝੋ ਉਹ ਤੁਹਾਡੇ ਕੰਮ ਤੋਂ ਗਈ ਫਾਰ ਐਗਜ਼ਾਮਪਲ ਤੁਸੀਂ 2.5 ਲੱਖ ਦੀ ਲੈਂਦੇ ਹੋ ਅਤੇ ਉਹ ਰਹਿ ਜਾਏਗੀ ਤੁਹਾਡੀ 1.60 ਦੀ 1.30 ਦੀ 1.25 ਦੀ ਉਹਦੇ ਵਿੱਚ ਵੇਖੋ ਕਿੰਨਾ ਲਾਸ ਹੈ ਅੱਛਾ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹਾਂ ਅਗਰ ਉਧਰੋਂ ਝੋਟੀਆਂ ਲਿਆਈਆਂ ਜਾਣ ਉਧਰੋਂ ਮਿਲੇਗੀ 70 ਦੀ 80 ਦੀ 85 ਦੀ ਸੋਹਣੀ ਝੋਟੀ ਮਿਲ ਜਾਏਗੀ ਉਹ ਲਿਆ ਕੇ ਇੱਧਰ ਜਿਹੜਾ ਨਾ ਉਹਦੇ ਵਿੱਚ ਝੋਟੇ ਛੱਡੇ ਜਾਣ ਹਾਂਜੀ ਹਾਂਜੀ ਉਹ ਜਨਾਬ ਗੱਬਣ ਹੋ ਜਾਏ ਉਹ ਤੁਹਾਨੂੰ ਮਜ਼ੀਦ ਜ਼ਿਆਦਾ ਫਾਇਦਾ ਦੇ ਇੱਕ ਦੂਸਰੇ ਨੰਬਰ ਦੇ ਘਰ ਦੀਆਂ ਮਹੀਆਂ ਬਣ ਜਾਣਗੀਆਂ ਠੀਕ ਹੈ ਅਤੇ ਕੁਛ ਦੋਸਤ ਕਹਿੰਦੇ ਨੇ ਕਿ ਬਜਾਏ ਇਸ ਦੇ ਬੰਦਾ ਤਾਜ਼ੀਆਂ ਰੱਖੇ ਕੁਛ ਤਾਜ਼ੀਆਂ ਰੱਖ ਲਏ ਔਰ ਕੁਛ ਖਾਂਗੜੀਆਂ ਰੱਖ ਲਏ ਤਾਂ ਕਿ ਵਿੱਚ ਝੋਟੇ ਛੱਡਿਆ ਉਹ ਖਾਂਗੜੀਆਂ ਮੱਝਾਂ ਬਣ ਜਾਣ ਔਰ ਡੇਲੀ ਬੇਸਿਸ 'ਤੇ ਪੈਸੇ ਵੀ ਆਉਂਦੇ ਰਹਿਣ ਝੋਟੀਆਂ ਨੇ ਤਾਂ ਹਰ ਕੁਛ ਟਾਈਮ ਲੈ ਕੇ ਫਿਰ ਹੀ ਪੈਸੇ ਦੇਣ ਸਾਰੀ ਗੱਲ ਹੈ ਜੀ ਉਹ ਵੀ ਠੀਕ ਹੈ ਅਗਰ ਤੁਹਾਨੂੰ ਕਿਸੇ ਦੋਸਤ ਨੇ ਰਾਏ ਦਿੱਤੀ ਹੈ ਤਾਂ ਉਹ ਵੀ ਮੇਰੇ ਹਿਸਾਬ ਨਾਲ ਬਹੁਤ ਬੈਸਟ ਹੈ ਅਸੀਂ ਤੁਹਾਡੇ ਕੋਲ ਕੰਪੇਅਰ ਇਸ ਵਾਸਤੇ ਕਰਾਉਣਾ ਚਾਹੁੰਦੇ ਹਾਂ ਠੀਕ ਹੈ ਜੀ ਉਹ ਵੀ ਠੀਕ ਠੀਕ ਰਾਏ ਵੇ ਉਹ ਜਿਸ ਦੋਸਤ ਨੇ ਕਿ ਇਹ ਗੱਲ ਕਹੀ ਹੈ ਠੀਕ ਹੈ ਜੀ ਬੈਸਟ ਹੈ ਜੀ ਜੀ ਠੀਕ ਅੱਛਾ ਤੁਸੀਂ ਕਿੰਨੀਆਂ ਡੰਗਰਾਂ ਤੋਂ ਕੰਮ ਸ਼ੁਰੂ ਕੀਤਾ ਸਰ ਅਸਾਂ ਡੰਗਰਾਂ ਤੋਂ 6-7 ਤੋਂ ਸ਼ੁਰੂ ਕੀਤਾ ਕਿਹੜੀਆਂ ਮੱਝਾਂ ਲਿਆਂਦੀਆਂ ਨੇ ਮੱਝਾਂ ਜਨਾਬ ਇੱਥੋਂ ਏਰੀਏ 'ਚੋਂ ਫਿੱਟ ਉੜ ਕੇ ਲਈਆਂ ਜੀ ਅਤੇ ਕੋਈ 2 ਕੁ ਕਾੜਾ ਸਾਈਡ ਤੋਂ ਲਿਆਂਦੀਆਂ ਜੀ ਨਸਲਾਂ ਦੱਸ ਸਕਦੇ ਹੋ ਇਹ ਨਸਲਾਂ ਨੁਸਲਾਂ ਨੇ ਜੀ ਇਹ ਲੋਕਲ ਹੀ ਨੇ ਸਾਡੇ ਕੋਲ ਯਾਨੀ ਦੇਸੀ ਮੱਝਾਂ ਨੇ ਸਾਰੀਆਂ ਦੇਸੀ ਮੱਝਾਂ ਲਾ ਲਓ ਰਲੀਆਂ ਮਿਲੀਆਂ ਠੀਕ ਹੈ ਹੁਣ ਇਹ ਦੱਸੋ ਕਿ ਇਹ ਜਿਹੜੇ ਮੱਝਾਂ ਤੁਸੀਂ ਲਈਆਂ ਨੇ ਇਹ ਦੁੱਧ ਦੇਣ ਵਾਲੀਆਂ ਲਹਿਰੀਆਂ ਲਈਆਂ ਨੇ ਇਹ ਆਪਣਾ ਕੁਝ ਖਾਂਗੜੀਆਂ ਨੇ ਇਹਨਾਂ 'ਚ ਇਹ ਟੋਟਲ ਨੇ ਸਾਡੇ ਕੋਲ 12 ਡੰਗਰ 12 ਡੰਗਰਾਂ ਦੇ ਵਿੱਚ ਜਿਹੜਾ ਨਾ 2 ਤੋਂ 3 ਝੋਟੀਆਂ ਤਾਜ਼ੀਆਂ ਨੇ ਬਾਕੀ ਖਾਂਗੜੀਆਂ ਨੇ ਸਹੀ ਹੈ ਯਾਨੀ ਇਸ ਟਾਈਮ ਤੁਹਾਡੇ ਕੋਲ 2 ਤੋਂ 3 ਝੋਟੀਆਂ ਜਿਹੜੀਆਂ ਦੁੱਧ ਦੇ ਰਹੀਆਂ ਨੇ ਜੀ ਦੁੱਧ ਦੇ ਰਹੀਆਂ ਉਹਨਾਂ ਦਾ ਕਿੰਨਾ ਦੁੱਧ ਹੋ ਜਾਂਦਾ ਤੁਹਾਡਾ ਡੇਲੀ ਬੇਸ ਉਹਦਾ ਕੋਈ ਤਕਰੀਬਨ 20 ਤੋਂ 25 ਕਿਲੋ ਦੁੱਧ ਹੋ ਜਾਂਦਾ ਸਹੀ ਹੋ ਗਿਆ ਤੁਸੀਂ ਮਾਸ਼ਾਅੱਲਾ ਕਿਹਾ ਕਿ ਅਸੀਂ ਨਵਾਂ ਫਾਰਮ ਸ਼ੁਰੂ ਕੀਤਾ ਹੈ ਬਹੁਤ ਸਾਰੇ ਲੋਕ ਸਾਡੀ ਵੀਡੀਓਜ਼ ਵੇਖ ਕੇ ਨਵੇਂ ਨਵੇਂ ਫਾਰਮ ਸ਼ੁਰੂ ਕਰਦੇ ਨੇ ਤੁਸੀਂ ਕਿਹੜੇ ਕਿਹੜੇ ਰਿਸੋਰਸਿਸ ਤੋਂ ਇਨਫੋਰਮੇਸ਼ਨ ਲਈ ਯਾਨੀ ਇੰਟਰਨੈਟ ਤੋਂ ਲਈ ਜਾਂ ਬਜ਼ੁਰਗਾਂ ਨੂੰ ਪੁੱਛਿਆ ਕਿੱਥੋਂ ਕਿ ਤੁਸੀਂ ਮਾਲੂਮਾਤ ਇਕੱਠੀ ਕੀਤੀ ਸਰ ਇਹ ਆਪਣੇ ਪਿੰਡ ਦੇ ਬਜ਼ੁਰਗਾਂ ਨੂੰ ਪੁੱਛਿਆ ਜੀ ਹਾਂਜੀ ਜਿਹੜੇ ਕੋਈ ਸਾਡੇ ਕੋਈ ਦਾਦੇ ਦੀ ਉਮਰ ਦੇ ਨੇ ਉਹਨਾਂ ਨੂੰ ਪੁੱਛਿਆ ਕੋਈ ਸਾਡੇ ਬਾਪ ਦੀ ਵਾਲਦ ਦੀ ਉਮਰ ਦੇ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਪੁੱਤਰ ਅਗਰ ਫਰਜ਼ ਕਰੋ ਬਗਾਨੇ ਦੇਸ਼ ਨੂੰ ਛੱਡ ਕੇ ਆਏ ਹੋ ਅਤੇ ਚੁੱਪ ਕਰਕੇ ਆ ਕੰਮ ਸ਼ੁਰੂ ਕਰ ਲਓ ਇੱਕ ਤਾਂ ਦੂਸਰੇ ਨੰਬਰ ਦੇ ਬੰਦੇ ਦੀ ਫਿਟਨੈਸ ਰਹਿੰਦੀ ਹੈ ਹਾਂਜੀ ਬੰਦਾ ਪਟੇਟੇ ਪਾਉਂਦਾ ਬੰਦੇ ਦੀ ਆਪਣੀ ਫਿਟਨੈਸ ਰਹਿੰਦੀ ਹੈ ਦੂਸਰੇ ਨੰਬਰ 'ਤੇ ਘਰ ਆਪਣਾ ਜੀ ਖਾਲਸ ਦੁੱਧ ਪੀਣ ਨੂੰ ਮਿਲ ਜਾਂਦਾ ਅਤੇ ਜਿਹੜਾ ਨਾ ਰੁਜ਼ਗਾਰ ਦਾ ਮੇਰਾ ਕਹਿਣ ਦਾ ਮਤਲਬ ਇਹ ਕਿ ਚਲੋ ਘਰ ਬਿਹਤਰੀਨ ਤੁਰ ਪੈਂਦਾ ਜੀ ਸਹੀ ਹੋ ਗਿਆ ਜੀ ਅੱਛਾ ਤੁਸੀਂ ਇੱਕ ਬੰਦੇ ਦੇ ਮਸ਼ਵਰੇ ਤੇ ਚੱਲੇ ਜਾਂ ਮੁਖਤਲਿਫ ਲੋਕਾਂ ਦੇ ਮੁਖਤਲਿਫ ਰਾਏ ਲਈ ਨਹੀਂ ਸਰ ਕੋਈ 3 ਤੋਂ 4 ਬੰਦਿਆਂ ਦੀ ਰਾਏ ਲਈ ਸਾਰਿਆਂ ਬੰਦਿਆਂ ਨੇ ਇਹ ਆਪਣਾ ਰਾਏ ਦਿੱਤੀ ਕਿ ਇਹ ਕੰਮ ਬੈਸਟ ਹੈ
ਲੇਕਿਨ ਅਸੀਂ ਇਨਸ਼ਾਅੱਲਾ ਤਾਲਾ ਮਜ਼ੀਦ ਨੂੰ ਵਧਾਵਾਂਗੇ ਆਉਣ ਵਾਲੇ ਵਕਤ ਦੇ ਵਿੱਚ ਜੀ ਇਨਸ਼ਾਅੱਲਾ ਤਾਲਾ, ਕਿਉਂਕਿ ਕੋਈ ਅੱਲਾਹ ਤਾਲਾ ਕੋ ਸਾਡੀ ਬਾਂਹ ਫੜੇਗਾ ਕਿਸੇ ਪਾਸੇ। ਅੱਜ ਕੱਲ੍ਹ ਤੁਹਾਨੂੰ ਪਤਾ ਜ਼ਿਮੀਂਦਾਰਾਂ ਨੂੰ ਬਹੁਤ ਨੁਕਸਾਨ ਹੋਇਆ ਮੁੰਜੀ ਦੇ ਵਿੱਚ, ਇਨਸ਼ਾਅੱਲਾ ਜ਼ਰੂਰ ਕੋਈ ਇਹਦਾ ਨੈਕਸਟ ਟਾਈਮ ਇਨਸ਼ਾਅੱਲਾ ਤਾਲਾ ਅਸੀਂ ਹੋਰ ਕੋਈ ਪਲਾਨ ਤਿਆਰ ਕਰਾਂਗੇ ਜੀ ਇਨਸ਼ਾਅੱਲਾ। ਸਹੀ ਹੋ ਗਿਆ। ਅੱਛਾ ਸਰ, ਤੁਸੀਂ ਦੱਸਿਆ ਕਿ ਤੁਹਾਡੇ ਕੋਲ ਇਸ ਟਾਈਮ 12 ਕੁ ਡੰਗਰ ਨੇ ਔਰ ਮਾਸ਼ਾਅੱਲਾ ਜਗ੍ਹਾ ਵੀ ਸਾਨੂੰ ਡੇਰਾ ਡੱਪਾ ਨਜ਼ਰ ਆ ਰਿਹਾ ਜੀ। ਹਾਲੇ ਤੱਕ ਤੁਸੀਂ ਕਿੰਨੀ ਕੁ ਇਨਵੈਸਟਮੈਂਟ ਕਰ ਚੁੱਕੇ ਹੋ? ਸਰ ਇਹਦੇ 'ਚ ਇਨਵੈਸਟਮੈਂਟ ਅਸੀਂ ਤਕਰੀਬਨ ਜਿਹੜਾ ਕੋਈ 8 ਤੋਂ 10 ਲੱਖ ਰੁਪਏ ਦੀ ਕੀਤੀ ਹੈ। ਬਾਕੀ ਕੋਈ ਸਾਡੇ ਕੋਲ 3-4 ਡੰਗਰ ਅੱਗੇ ਪਹਿਲੇ ਘਰ ਦੇ ਮੌਜੂਦ ਸਨ ਜੀ, ਅਤੇ ਅਜੇ ਅਸੀਂ ਇਨਸ਼ਾਅੱਲਾ ਇਹਨੂੰ ਵਧਾਵਾਂਗੇ ਇਨਸ਼ਾਅੱਲਾ ਨੈਕਸਟ ਟਾਈਮ ਇਨਸ਼ਾਅੱਲਾ ਦੇਖਾਂਗੇ। ਅਜੇ ਤੁਸੀਂ ਸਾਡਾ ਤੁਹਾਨੂੰ ਪਤਾ ਕਿ 4 ਮਹੀਨੇ 'ਚ ਜਾਂ 6 ਮਹੀਨੇ 'ਚ ਕੀ ਪਤਾ ਲੱਗਦਾ ਇਹਦਾ, ਬਿਲਕੁਲ। ਲੇਕਿਨ ਇਨਸ਼ਾਅੱਲਾ ਤਾਂ ਜੂ ਹੀ ਕੋਈ 1-2 ਸਾਲ ਹੋਏਗਾ ਫਿਰ ਦੇਖਾਂਗੇ ਅਗਰ ਇਹਨੂੰ ਕਲੋਜ਼ ਕਰਨਾ ਹੈ ਜਾਂ ਇਹਨੂੰ ਵਧਾਉਣਾ, ਫਿਰ ਦੇਖਾਂਗੇ। ਅੱਛਾ ਸਰ, ਇਹ ਜਿਹੜਾ ਡੇਰਾ ਤੁਸੀਂ ਬਣਾਇਆ ਕਿੰਨੇ ਜਾਨਵਰਾਂ ਦੀ ਕਪੈਸਿਟੀ ਮੱਦੇਨਜ਼ਰ ਰੱਖ ਕੇ ਬਣਾਇਆ? ਸਰ ਅਸੀਂ ਤਕਰੀਬਨ ਜਿਹੜਾ ਨਾ ਕੋਈ 40 ਤੋਂ 50 ਡੰਗਰਾਂ ਦੀ ਕਪੈਸਿਟੀ ਦੇਖ ਕੇ ਬਣਾਇਆ। ਅਤੇ ਕਿੰਨੀ ਜਗ੍ਹਾ 'ਚ ਟੋਟਲ ਬਣਿਆ ਇਹ? ਜਨਾਬ 1.5 ਕਨਾਲ ਜਗ੍ਹਾ। 1.5 ਕਨਾਲ ਜਗ੍ਹਾ 'ਚ? 1.5 ਕਨਾਲ ਜਗ੍ਹਾ 'ਚ ਤੁਸੀਂ ਕਿੰਨੀ ਜਗ੍ਹਾ ਓਪਨ ਰੱਖੀ ਔਰ ਕਿੰਨੀ ਛੱਤੀ ਰੱਖੀ ਔਰ ਗੋਦਾਮ ਕਿੰਨੀ ਜਗ੍ਹਾ 'ਚ ਬਣਾਇਆ? ਸਰ ਅਸੀਂ ਕੋਈ ਆਪਣਾ 10 ਕੁ ਮਰਲੇ 'ਚ ਆਪਣਾ ਗੋਦਾਮ ਹੈ, ਠੀਕ ਹੈ। 10 ਕੁ ਮਰਲੇ 'ਚ ਡੰਗਰਾਂ ਵਾਲੀ ਬਰਾਂਡਾ ਹੈ, ਠੀਕ ਹੈ। ਅਤੇ ਬਾਕੀ ਦੇਖ ਲਓ ਬਾਕੀ ਜਗ੍ਹਾ ਅਸੀਂ ਓਪਨ ਖੁੱਲ੍ਹੀ ਛੱਡੀ। ਇਹਦੇ ਵਿੱਚ ਤੁਸੀਂ ਉਹ ਜਿਹੜਾ ਆਪਣਾ ਹੁੰਦਾ ਹੈ ਤਲਾਬ, ਉਹਦੀ ਵੀ ਜਗ੍ਹਾ ਕੋਈ ਮਹਿਸੂਸ ਕੀਤੀ? ਨਹੀਂ ਨਹੀਂ ਜਨਾਬ, ਉਹ ਨਹੀਂ ਅਜਿਹਾ ਮਹਿਸੂਸ ਕੀਤੀ, ਨਾ ਹੀ ਇਹਦਾ ਸਾਡਾ ਨੈਟਵਰਕ ਦਾ ਪਲਾਨ ਹੈ। ਨਹੀਂ, ਅਗਰ ਫਰਜ਼ ਕਰੋ ਬਣਾ ਲਿਆ ਜਾਏ ਤੇ ਫਿਰ ਵੀ ਜੋ ਜਾਨਵਰ ਦੇਖਾਂਗੇ ਆਇਆ ਸਾਨੂੰ ਕੋਈ ਜਿਹਦੇ 'ਚ ਕੁਝ ਹੈ ਕੋਈ ਫਾਇਦਾ ਤੇ ਅੱਲਾਹ ਦੇ ਫਜ਼ਲ ਨਾਲ ਜਿਸ ਤਰ੍ਹਾਂ ਜਿਸ ਤਰੀਕੇ ਤੁਸੀਂ ਕਰ ਰਹੇ ਹੋ ਅੱਲਾਹ ਬਰਕਤ ਪਾਏਗਾ, ਜ਼ਰੂਰ ਫਾਇਦਾ ਹੋ ਗਿਆ, ਐਸੀ ਕੋਈ ਗੱਲ ਨਹੀਂ ਹੈ। ਤੇ ਨੇਕ ਨੀਅਤ ਹੋਏ ਔਰ ਬੰਦਾ ਮਿਹਨਤ ਕਰੇ ਤੇ ਇਸ ਕੰਮ 'ਚ ਨਾਕਾਮੀ ਨਹੀਂ ਹੈ। ਜੀ ਇਹ ਗੱਲ ਹੈ ਜੀ, ਅੱਲਾਹ ਤਾਲਾ ਮਿਹਨਤ ਕਰਨ ਵਾਲੇ ਨੂੰ ਬੰਦੇ ਨੂੰ ਘਾਟਾ ਨਹੀਂ ਦਿਆ, ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਇਹ 10-12 ਜਾਨਵਰਾਂ ਵਾਸਤੇ ਚਾਰਾ ਕਿੰਨਾ ਕਾਸ਼ਤ ਕਰਦੇ ਹੋ? ਸਰ ਪੱਠੇ ਤੁਹਾਨੂੰ ਪਤਾ ਮੁਲਕ 'ਚ ਸਰਦੀ ਬਹੁਤ ਜ਼ਿਆਦਾ ਪੈ ਰਹੀ ਹੈ, ਠੀਕ ਹੈ। ਪੱਠੇ 'ਤੇ ਤਕਰੀਬਨ ਕੋਈ 3 ਤੋਂ 4 ਏਕੜ ਬੀਜੇ ਨੇ, ਲੇਕਿਨ ਉਹ ਜਿਹੜੇ ਵੱਢ ਲਏ ਨੇ ਉਹ ਪਿੱਛੋਂ ਹੋ ਨਹੀਂ ਰਹੇ। ਅਤੇ ਇਸ ਟਾਈਮ ਜਿਹੜਾ ਨਾ ਉਹ ਲਾ ਲਓ ਤੁਸੀਂ ਇਹਨਾਂ ਜਿੰਨੇ ਡੰਗਰ ਹੈ ਨੇ ਸਾਡੇ ਉਹ 5 ਤੋਂ 6 ਪੰਡਾਂ ਅਸੀਂ ਪੱਠੇ ਪਾ ਰਹੇ ਹਾਂ। ਉਸ ਤੋਂ ਬਾਅਦ ਇਹਨਾਂ ਨੂੰ ਵਡੇਵਿਆਂ ਦੀ ਖਾ ਲਏ ਚੌਖਰ ਏ, ਆਪਣਾ ਇੱਕ ਰਿਹੋੜੀ ਟੈਪ ਜਿਹੜਾ ਜਾਂ ਸਿੰਘਣੀ ਟੈਪ ਕਹਿ ਲਓ ਵੱਡਾ ਏ ਖੁਸ਼ਕ ਵੱਡਾ, ਉਹ ਅਸੀਂ ਦੁੱਧ ਵਾਸਤੇ ਇਸਤੇਮਾਲ ਕਰ ਰਹੇ ਹਾਂ ਕਿ ਆਇਆ ਵੱਧਦੀਆਂ ਨੇ ਕਿ ਨਹੀਂ। ਲੇਕਿਨ ਉਹਦਾ ਉਹ ਅੱਛਾ ਵੱਡਾ ਜੀ, ਉਹਦੇ ਨਾਲ ਦੁੱਧ ਦੀ ਕਪੈਸਿਟੀ ਠੀਕ ਹੈ, ਅੱਛਾ ਵਧਾਇਆ ਡੰਗਰਾਂ ਨੇ ਦੁੱਧ। ਮਜ਼ੀਦ ਆਉਣ ਵਾਲੇ ਵਕਤ ਇਨਸ਼ਾਅੱਲਾ ਤਾਲਾ ਵਧੇਗਾ ਜੀ, ਜੂਹੀ ਸ਼ਟਾਲੇ ਜ਼ਿਆਦਾ ਹੋਣਗੇ ਅਤੇ ਦੁੱਧ ਵੀ ਇਨਸ਼ਾਅੱਲਾ ਤਾਲਾ ਜ਼ਿਆਦਾ। ਅੱਛਾ, ਕੁਛ ਲੋਕ ਕਹਿੰਦੇ ਨੇ ਕਿ ਅਗਰ ਉਹ ਤੁਸੀਂ ਵੰਡਾ ਬਾਜ਼ਾਰੀ ਵੰਡਾ ਪਾਉਂਦੇ ਹੋ ਤਾਂ ਤੁਹਾਨੂੰ ਉਹਦੇ ਨਾਲ ਜਾਨਵਰ ਦੀ ਪਾਣੀ ਦੀ ਬਹੁਤ ਜ਼ਿਆਦਾ ਕੇਅਰ ਕਰਨੀ ਪੈਂਦੀ ਹੈ, ਉਹਨੂੰ ਪਾਣੀ ਦਾ ਕਸਾ ਨਹੀਂ ਲੱਗਣਾ ਚਾਹੀਦਾ, ਵਰਨਾ ਜਾਨਵਰ ਖਰਾਬ ਹੋ ਜਾਂਦਾ ਜੀ। ਬਿਲਕੁਲ। ਅਤੇ ਇਹਦੇ ਬਾਰੇ ਤੁਸੀਂ ਕੀ ਕਹਿੰਦੇ? ਸਰ ਮੈਂ ਇਹ ਗੱਲ ਕਹਿੰਦਾ ਵਾਂ ਕਿ ਅਗਰ ਕੋਈ ਵੀ ਚੀਜ਼ ਰੱਖਣੀ ਹੈ ਨਾ ਉਹਨੂੰ ਆਪਣੇ ਨਾਲੋਂ ਅਜ਼ੀਜ਼ ਜਾਣੋ, ਠੀਕ ਹੈ। ਠੀਕ ਹੈ ਜੀ, ਅਗਰ ਤੁਸੀਂ ਆਪਣੇ ਵਾਸਤੇ ਖੁਰਾਕ ਦਾ ਪਾਣੀ ਦਾ ਜਿਸ ਤਰ੍ਹਾਂ ਆਪਣੇ ਜਿਸਮ ਨੂੰ ਧਿਆਨ ਰੱਖਦੇ ਹੋ ਉਹਦੇ ਨਾਲੋਂ ਜ਼ਿਆਦਾ ਡੰਗਰ ਦਾ ਰੱਖੋਗੇ ਤਾਂ ਡੰਗਰ ਰਹੇਗਾ, ਠੀਕ ਹੈ। ਇੱਕ ਚੀਜ਼, ਦੂਸਰੀ ਚੀਜ਼, ਕੁਝ ਬੰਦੇ ਹੁੰਦੇ ਨੇ ਉਹ ਡੰਗਰਾਂ ਨੂੰ ਬਸ ਲਾਪਰਵਾਹੀ ਨਾਲ ਇਸਤੇਮਾਲ ਕਰਦੇ ਨੇ, ਡੰਗਰ ਨੂੰ ਡੰਗਰ ਨਹੀਂ ਸਮਝਣਾ ਚਾਹੀਦਾ, ਉਹਦੇ ਨਾਲ ਡੰਗਰ ਬਣੋਗੇ ਤੇ ਉਹ ਡੰਗਰ ਬਣੇਗਾ, ਉਹਦੇ ਨਾਲ ਅਗਰ ਤੁਸੀਂ ਡੰਗਰ ਨਹੀਂ ਬਣੋਗੇ ਮਿਹਨਤ ਨਹੀਂ ਕਰੋਗੇ ਤੁਹਾਨੂੰ ਕੁਝ ਨਹੀਂ ਦੇਗਾ ਡੰਗਰ, ਯਾਨੀ ਤੁਹਾਡਾ ਖੁਦ ਕੰਮ ਕਰਨਾ ਨਾਲ ਜ਼ਰੂਰੀ ਹੈ। ਜੀ ਜੀ ਬਿਲਕੁਲ। ਤੁਸੀਂ ਆਪਣੇ ਜਾਨਵਰਾਂ ਨੂੰ ਕਿੰਨੀ ਦਫਾ ਪਾਣੀ ਪਿਲਾ ਰਹੇ ਹੋ ਅੱਜ ਕੱਲ ਸਰਦੀਆਂ 'ਚ? ਸਰ ਸਰਦੀਆਂ 'ਚ ਅਸੀਂ ਇਹਨਾਂ ਨੂੰ ਆਪਣਾ 2 ਤੋਂ 3 ਦਫਾ ਪਾਣੀ ਪਿਆ ਰਹੇ ਹਾਂ। 2-3 ਦਫਾ ਕਾਫੀ ਹੈ? 2-3 ਦਫਾ ਜੀ, ਇੱਕ ਵਾਰੀ ਆਪਣਾ ਸ਼ਾਮ ਨੂੰ, ਅੱਛਾ, ਇੱਕ ਵਾਰੀ ਜਦੋਂ ਸੁਬਹਾ ਬਾਹਰ ਕੱਢਣੇ ਨੇ, ਇੱਕ ਵਾਰੀ ਫਿਰ ਜਦੋਂ 12 ਵਜੇ ਬਾਹਰ ਡੰਗਰ ਵੱਜੇ ਨੇ ਬਾਹਰੋਂ ਜਦੋਂ ਖੁੱਲ੍ਹ ਕੇ ਆਉਣੇ ਨੇ ਹਵੇਲੀ 'ਚ ਫਿਰ ਪਾਣੀ ਵਹਾ ਕੇ ਫਿਰ ਪੱਠਿਆਂ 'ਤੇ ਬਣਨੇ ਨੇ। ਅਤੇ ਉਹਨਾਂ ਨੂੰ ਸਟੋਰਸ਼ੁਦਾ ਓਡੀ 'ਚ ਸਟੋਰਸ਼ੁਦਾ ਪਾਣੀ ਪਿਲਾਉਂਦੇ? ਨਹੀਂ ਨਹੀਂ, ਅਸੀਂ ਤਾਜ਼ਾ ਫਰੈਸ਼ ਪਾਣੀ, ਉਹ ਟੱਪ ਵੇਖੋ ਭਰਿਆ ਪਿਆ ਉਹਨੂੰ ਅਸੀਂ ਡੋਲ ਦੇਣਾ, ਫਿਰ ਉਹਦੇ 'ਚ ਤਾਜ਼ਾ ਪਾਣੀ ਮੋਟਰ 'ਤੇ ਚਲਾ ਕੇ, ਹੋਦੀ 'ਚ ਕੋਈ ਪਾਣੀ ਨਹੀਂ ਹੈ, ਤਾਜ਼ਾ ਫਰੈਸ਼ ਪਾਣੀ ਨਾਲ ਡੰਗਰਾਂ ਨੂੰ। ਗਰਮੀਆਂ 'ਚ ਕਿੰਨੀ ਦਫਾ ਪਿਲਾਉਂਦੇ? ਗਰਮੀਆਂ 'ਚ ਜਨਾਬ 4 ਤੋਂ 5 ਮਰਤਬਾ। ਮਾਸ਼ਾਅੱਲਾ ਸਰ, ਤੁਹਾਡੀ ਬੜੀ ਲਰਨਿੰਗ ਹੈ, ਲੇਕਿਨ ਮੈਂ ਇੱਥੇ ਆਪਣੀ ਤਰਫੋਂ ਇੱਕ ਰਿਕੁਐਸਟ ਐਡ ਕਰਨਾ ਚਾਹਾਂਗਾ ਕਿ ਅਗਰ ਬਾਜ਼ਾਰੀ ਫੰਡਾ ਪਾਉਂਦੇ ਹੋ ਤਾਂ ਜਾਨਵਰਾਂ ਨੂੰ ਖੁੱਲ੍ਹਾ ਛੱਡ ਕੇ ਉਹਨਾਂ ਕੋਲ ਪਾਣੀ 24 ਘੰਟੇ ਅਵੇਲੇਬਲ ਕਰਾਓ, ਵਰਨਾ ਇਹਦੇ 'ਚ ਬੜੇ ਸਾਰੇ ਹਦਸ਼ਾਤ ਮੈਂ ਦੇਖੇ ਨੇ, ਕੁਛ ਜਾਨਵਰ ਹੀਟ ਅਪ ਹੋ ਕੇ ਉਹਨਾਂ ਦਾ ਹੀਟ ਸਿਸਟਮ ਮੁਤਾਸਰ ਹੋ ਜਾਂਦਾ ਔਰ ਉਹ ਖਲੋਂਦੇ ਨਹੀਂ ਸਹੀ। ਅੱਛਾ, ਤੁਹਾਡਾ ਤਜਰਬਾ ਜ਼ਰਾ ਮਹਦੂਦ ਹੈ, ਲੇਕਿਨ ਫਿਰ ਵੀ ਸਾਨੂੰ ਅੰਦਾਜ਼ਨ ਦੱਸੋ ਕਿ ਇੱਕ ਨਵਾਂ ਬੰਦਾ ਜਦੋਂ ਕਾਰੋਬਾਰ ਕਰਨਾ ਚਾਹੁੰਦਾ ਉਹ 10 ਕੁ ਡੰਗਰਾਂ ਵਾਸਤੇ ਉਹਦੇ ਕੋਲ ਕਿੰਨੀ ਕੁ ਰਕਮ ਹੋਣੀ ਚਾਹੀਦੀ ਤਾਂ ਕਿ ਉਹ ਡੰਗਰ ਖਰੀਦਣ ਤੋਂ ਬਾਅਦ ਆਪਣਾ ਡੇਰਾ ਸ਼ੇਰਾ ਬਣਾ ਲਏ ਅਤੇ ਆਪਣੇ ਡੇਰੇ ਨੂੰ ਮੇਨਟੇਨ ਕਰਨ ਵਾਸਤੇ ਉਹਦੇ ਕੋਲ ਉਹ ਰਕਮ ਮੌਜੂਦ ਹੋਏ ਤਾਂ ਕਿ ਡੰਗਰਾਂ ਨੂੰ ਕਸਰ ਨਾ ਲੱਗੇ? ਕਮ ਅਜ਼ ਕਮ ਜੀ 30-40 ਲੱਖ ਰੁਪਇਆ ਬੰਦੇ ਕੋਲ ਹੋਣਾ ਚਾਹੀਦਾ। ਹੁਣ ਤੁਸੀਂ ਕੰਮ ਮੁਲਾਜ਼ਮੀ ਨਾਲ ਚਲਾ ਰਹੇ ਹੋ ਜਾਂ ਆਪੀ ਵੀ ਕਰ ਰਹੇ ਹੋ? ਨਹੀਂ ਨਹੀਂ ਸਰ, ਆਪੀ ਵੀ ਕਰ ਰਹੇ ਹਾਂ, ਅਸੀਂ ਇੱਕ ਮੁਲਾਜ਼ਮ ਰੱਖੇ ਆ, ਬਾਕੀ ਅਸੀਂ 2 ਬੰਦੇ ਆਪੀ ਕੰਮ ਕਰ ਰਹੇ। ਬਹੁਤ ਸ਼ੁਕਰੀਆ ਜਨਾਬ, ਆਪਨੇ ਬਹੁਤ ਅੱਛੀ ਔਰ ਮਾਲੂਮਾਤੀ ਬਾਤਾਂ ਬਤਾਈਂ ਆਪਣੇ ਮਹਦੂਦ ਸੇ ਤਜਰਬੇ ਮੇਂ ਸੇ। ਜਿਨ ਦੋਸਤੋਂ ਨੇ ਚੈਨਲ ਸਬਸਕ੍ਰਾਈਬ